तो जिहड़े ठेकेदार एसोसीएशन विच मुलाजम काम करदे सी उन्हां दा ईपीएफ कट्टिया जांदा सी, लेकिन ईपीएफ पुछदे ही जदों उह ठेकेदार उन्हां नूं सिद्धी धमकी दिंदा सी कि काम तों बंद कर दित्ता जाएगा। हुण उह कंट्रैक्ट बेस्ड होया ਅੱਜ ਉਹਨਾਂ ਨੇ ਮੇਰੇ ਤੱਕ ਇਹ ਲਿਆਂਦਾ ਮਸਲਾ ਕਿ ਸਾਡਾ 10 ਸਾਲ ਦਾ ਜਿਹੜਾ ਫੰਡ ਕਟਾਉਂਦਾ ਸੀ ਉਹ ਸਾਨੂੰ ਨਹੀਂ ਦਿੱਤਾ ਗਿਆ। ਉਹਦੇ ਪ੍ਰਤੀ ਅੱਜ ਮੰਗ ਪੱਤਰ ਆਪਾਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਦਿੱਤਾ। ਇਹਨਾਂ ਨੂੰ ਕੋਈ ਸਮਾਂ ਵੀ ਦਿੱਤਾ ਕਿ ਜਿੰਨੇ ਤੁਹਾਡਾ ਹੱਲ ਨਹੀਂ ਹੁੰਦਾ ਫਿਰ ਕੀ ਕੀਤਾ ਜਾਏ? ਸਮਾਂ ਆਪਾਂ 2-3 ਦਿਨ ਦਾ ਦਿੱਤਾ ਜੀ, ਜੇ ਨਹੀਂ ਦੇ ਕੋਈ ਵੀ ਕਾਰਵਾਈ ਹੋਏਗੀ ਤਾਂ ਆਪਾਂ ਕਿਸ਼ਨਾ ਸੀ ਦੇ ਜਾਂਗੇ। ਸੋ ਮੇਰਾ ਨਾਮ ਸਿਕੰਦਰ, ਸਫਾਈ ਸੇਵਕ ਯੂਨੀਅਨ ਪ੍ਰਧਾਨ ਧਾਰੀਵਾਲ ਤੋਂ। ਅਸੀਂ ਅੱਜ ਮਿਸ ਪ੍ਰਧਾਨ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਦੀ ਅਗਵਾਈ ਹੇਠ ਅੱਜ ਆਪਾਂ ਮੰਗ ਪੱਤਰ ਦੇ ਕੇ ਆਏ ਹਾਂ कि जिहड़े साढ़े ठेके ते कर्मचारी लगे हुए सी जिहड़े अज कंट्रैक्ट हो चुके ने पिछले 10 साल तो उन्हां दा ईपीएफ कट्टिया जांदा सी और ईपीएफ इन्हां दे खात्यां च बिल्कुल नहीं पाया गया और ना ही इन्हां नूं कोई कदी रसीद दित्ती गई। अगर ये पुछण जांदे सी ते ठेकेदार वल्लों धमकियां मिलदियां सी और जिहड़ा लोकल प्रशासन जिदा नगर कौंसल दे कर्मचारी उन्हां वल्लों भी मतलब इन्हां नूं धमकियां दित्तियां जांदियां सी। इस करके अज ये अक हार के इन्हां ने मंग पत्र लिखिया और डीसी साहब नूं मंग पत्र दित्ता है। सो असी यकीन करांगे कि डीसी साहब साडी जिहड़ी ये मंग नूं जल्द तों जल्द प्रवान करनगे। अगर ਸਾਡੀ ਇਹ ਮੰਗ ਪ੍ਰਵਾਨ ਜਲਦ ਨਾ ਹੋਈ ਤਾਂ ਆਪਾਂ ਆਪਣਾ ਸੰਘਰਸ਼ ਜਿਹੜਾ ਵਾ ਹੋਰ ਤੇਜ਼ ਕਰਾਂਗੇ। ਜੀ ਵੀ ਸਾਡੇ ਮੁਲਾਜ਼ਮ ਜਿਹੜੇ ਨੇ 10 ਸਾਲ ਦੇ ਵਿੱਚ ਥੋੜ੍ਹਾ ਇਹਨਾਂ ਨੇ ਮਤਲਬ ਦੁੱਖ ਸਿਆ ਵਾ ਔਰ ਦੁੱਖ ਇਹ ਕਿ ਆਪਣੇ ਜਿਹੜੀ ਮਤਲਬ ਢਿੱਡ ਦੀ ਰੋਟੀ ਜਿਹਨੂੰ ਕਹਿ ਸਕਦੇ ਆ ਉਹ ਕੱਟਦੇ ਰਹੇ ਨੇ ਠੇਕੇਦਾਰ ਸਾਹਿਬ ਹੋਣੀ ਅਤੇ ਈਪੀਐਫ ਦਾ ਜਿਹੜਾ ਪੈਸਾ ਸੀ ਉਹ ਇੱਕ ਵੀ ਮੁਲਾਜ਼ਮ ਨੂੰ ਦਿੱਤਾ ਨਹੀਂ ਗਿਆ। ਜਾਣੀ ਕਿ ਇੱਕ ਆਦਮੀ ਦੀ ਆਸ ਹੁੰਦੀ ਕਿ ਸਾਨੂੰ ਮਿਲੇਗਾ ਅਤੇ ਕੱਲ੍ਹ ਨੂੰ ਕੋਈ ਨਾ ਕੋਈ ਫਾਇਦਾ ਕਰਾਂਗੇ ਆਪਣੇ ਪਰਿਵਾਰ ਦੇ ਵਾਸਤੇ ਕਰਾਂਗੇ ਅਤੇ ਪਰਿਵਾਰਾਂ ਦੇ ਵਾਸਤੇ ਵੀ ਕੀਤਾ ਨਹੀਂ ਗਿਆ ਅਤੇ ਦੁੱਖ ਦੇ ਵਿੱਚ ਰਹੇ ਨੇ ਜਿਹੜੀ ਹਾਲਤ ਵਿੱਚ ਅੱਜ ਇਹ ਵਿਚਾਰੇ ਸਾਡੇ ਅਜ਼ੀਜ਼ ਜਿਹੜੇ ਸਰ ਜਿਨ੍ਹਾਂ ਨੂੰ ਸਹੀ ਸਮਾਂ ਮਿਲਿਆ ਵਾ ਅਤੇ ਸਹੀ ਪ੍ਰਧਾਨ ਅੱਜ ਜੂਨੀਅਰ ਦੇ ਮਿਲੇ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਨੇ ਪ੍ਰਧਾਨ ਜੀ ਨਾਲ ਤਾਲਮੇਲ ਕੀਤਾ ਔਰ ਪ੍ਰਧਾਨ ਜੀ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਅਸੀਂ ਪੂਰਾ ਸਾਥ ਦੇਵਾਂਗੇ ਆਪਣੇ ਇਹਨਾਂ ਲੋਕਾਂ ਦੇ ਜਿਹੜੇ ਸਾਡੇ ਦੁਖੀ ਨੇ ਔਰ ਇਹਨਾਂ ਦੀ ਵਾਸਤੇ ਪੂਰੀ ਮਦਦ ਕਰਾਂਗੇ। ਇਸ ਕਰਕੇ ਉਹਨਾਂ ਮਦਦ ਕਰਨ ਦੇ ਤੌਰ ਦੇ ਵਿੱਚ ਅਸੀਂ ਡਿਪਟੀ ਸਾਹਿਬ ਕੋਲ ਆਏ ਸੀ ਔਰ ਇਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਇਹਨਾਂ ਮੁਲਾਜ਼ਮਾਂ ਦਾ ਹੱਕ ਜਿਹੜਾ ਬੰਦਵਾ ਕੇ ਦਿੱਤਾ ਜਾਵੇਗਾ ਔਰ ਇਸੇ ਤਰ੍ਹਾਂ ਅਸੀਂ ਆਪਣੀ ਯੂਨੀਅਨ ਵਾਸਤੇ ਦਿਨ ਰਾਤ ਲੜਦੇ ਰਵਾਂਗੇ ਔਰ ਹੱਕੀ ਮੰਗਾਂ ਵਾਸਤੇ ਲੜਦੇ ਰਵਾਂਗੇ। ਅਗਰ ਨਹੀਂ ਤੁਹਾਡੀ ਸੁਣਵਾਈ ਹੁੰਦੀ ਫਿਰ ਕੀ ਕੀਤਾ? ਜੇ ਸਾਡੀ ਸੁਣਵਾਈ ਨਹੀਂ ਹੁੰਦੀ ਫਿਰ ਤਾਂ ਇੱਕੋ ਹੀ ਸਾਡੇ ਕੋਲ ਰਾਹ ਵਾ ਕਿ ਅਸੀਂ ਫਿਰ ਸਾਨੂੰ ਸੰਘਰਸ਼ ਕਰਨਾ ਹੁੰਦਾ ਵਾ ਕਿਉਂਕਿ ਅਸੀਂ ਹੁਣ ਜਾਗ ਚੁੱਕੇ ਹਾਂ ਅਤੇ ਪਹਿਲਾਂ ਤਾਂ ਅਸੀਂ ਜਦੋਂ ਕਹਿੰਦੇ ਅਨਪੜ੍ਹਤਾ ਦੇ ਕਾਰਨ ਅਸੀਂ ਨਹੀਂ ਕੰਮ ਕਰ ਸਕੇ ਪਰ ਅੱਜ ਸਾਡੇ ਵਿੱਚ ਬਹੁਤ ਸਾਰੇ ਸਫਾਈ ਸੇਵਕ ਐਸੇ ਨੇ ਸਾਡੇ ਜਿਹੜੇ ਪੜ੍ਹੇ ਲਿਖੇ ਨੇ ਇਸ ਲਈ ਹੁਣ ਜਾਗੇ ਹਾਂ ਇਸ ਲਈ ਜਾਗਦੇ ਰਵਾਂਗੇ ਅਤੇ ਆਪਣੇ ਲੋਕਾਂ ਨੂੰ ਵੀ ਜਗਾ ਕੇ ਰੱਖਾਂਗੇ ਸੰਘਰਸ਼।